ਮੌਕ ਟੈਸਟ ਵਾਲੇ 'ਤੇ ਕਲਿੱਕ ਕਰੋਗੇ, ਇੱਥੇ ਵੈਸੇ ਹੀ ਇਹਨਾਂ ਨੇ ਭਰਿਆ ਹੋਇਆ ਸਾਈਨ ਇਨ ਕਰ ਦੇਣਾ, ਜੌਨ ਸਮਿਥ ਵੈਸੇ ਹੀ ਨਾਮ ਦਿੱਤਾ ਹੋਇਆ ਇਹਨਾਂ ਨੇ, ਠੀਕ ਹੈ। ਤਾਂ ਇੰਸਟਰਕਸ਼ਨਸ ਜਿਹੜੀਆਂ ਰੀਡ ਕਰ ਲੈਣੀਆਂ ਨੇ, ਰੀਡ ਕਰਨ ਤੋਂ ਬਾਅਦ ਲਓ ਜੀ ਫਰੈਂਡ ਪੀ ਐੱਸ ਪੀ ਸੀ ਅਲਾਈਨਮੈਂਟ 23 ਜੂਨ ਨੂੰ ਪੇਪਰ ਹੋਣਾ ਜੀ, ਐਡਮਿਟ ਕਾਰਡ ਡਾਊਨਲੋਡ ਹੋਣੇ ਸ਼ੁਰੂ ਹੋ ਗਏ, ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਦੇ ਦਿਆਂਗੇ। ਜੇਕਰ ਐਡਮਿਟ ਕਾਰਡ ਸਹੀ ਡਾਊਨਲੋਡ ਨਹੀਂ ਹੁੰਦਾ ਤਾਂ ਤੁਸੀਂ ਉਸਨੂੰ ਰੀਡਾਊਨਲੋਡ ਕਰਨਾ ਹੈ। ਕਹਿਣ ਦਾ ਭਾਵ ਹੈ ਜੇਕਰ ਫੋਟੋ ਸਿਗਨੇਚਰ ਜਾਂ ਬਾਰਕੋਡ ਹੈ ਜਿਹੜਾ ਤੁਹਾਡੇ ਐਡਮਿਟ ਕਾਰਡ 'ਤੇ ਸਹੀ ਨਹੀਂ ਦਿਖਦਾ ਤਾਂ ਘਬਰਾਉਣਾ ਨਹੀਂ ਹੈ, ਉਸ ਨੂੰ ਰੀਡਾਊਨਲੋਡ ਮਤਲਬ ਕਿ ਦੁਬਾਰਾ ਡਾਊਨਲੋਡ ਕਰਕੇ ਦੇਖੋ, ਸਾਰੀ ਡਿਟੇਲ ਆ ਜੂਗੀ। ਈਮੇਲ ਆਈਡੀ ਕਰਨੀ ਹੈ ਆਪਦੀ ਐਂਟਰ, ਡੇਟ ਆਫ ਬਰਥ ਕਰਨੀ ਹੈ, ਸਿਕਿਉਰਿਟੀ ਪਿੰਨ ਐਂਟਰ ਕਰਨਾ ਅਤੇ ਸਬਮਿਟ ਕਰ ਦੇਣਾ। ਕਲੀਅਰ ਹੈ ਜੀ? ਜੇ ਫਿਰ ਵੀ ਕੁਛ ਨਹੀਂ ਪਤਾ ਚੱਲਦਾ ਤਾਂ ਕਮੈਂਟ ਜ਼ਰੂਰ ਕਰ ਦੇਣਾ। ਅਤੇ ਇੱਕ ਹੈਗਾ ਮੋਕ ਟੈਸਟ, ਮੋਕ ਟੈਸਟ ਵੀ ਤੁਸੀਂ ਲਾ ਸਕਦੇ ਹੋ, ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕਰਾ ਦੇਵਾਂਗੇ ਦੋਨੇ, ਠੀਕ ਹੈ ਜੀ। ਇੱਥੇ ਕਲਿੱਕ ਕਰਨਾ ਹੈ ਲਿੰਕ, ਤੁਸੀਂ ਆਹ ਦੇਖੋ ਇੱਥੇ ਲਿਖਿਆ ਹੋਇਆ ਹੈਗਾ ਪੀ ਐੱਸ ਪੀ ਸੀ ਐੱਲ ਏ ਐੱਲ ਐੱਮ ਮੋਕ ਐਗਜ਼ਾਮ ਮੋਕ ਟੈਸਟ, ਮੋਕ ਟੈਸਟ ਵਾਲੇ 'ਤੇ ਕਲਿੱਕ ਕਰੋਗੇ, ਇੱਥੇ ਵੈਸੇ ਹੀ ਇਹਨਾਂ ਨੇ ਭਰਿਆ ਹੋਇਆ ਸਾਈਨ ਇਨ ਕਰ ਦੇਣਾ, ਜੌਨ ਸਮਿਥ ਵੈਸੇ ਹੀ ਨਾਮ ਦਿੱਤਾ ਹੋਇਆ ਇਹਨਾਂ ਨੇ, ਠੀਕ ਹੈ। ਤਾਂ ਇੰਸਟਰਕਸ਼ਨਸ ਜਿਹੜੀਆਂ ਰੀਡ ਕਰ ਲੈਣੀਆਂ ਨੇ, ਰੀਡ ਕਰਨ ਤੋਂ ਬਾਅਦ ਨੈਕਸਟ ਕਰ ਦੇਣਾ, ਤੁਸੀਂ ਨੈਕਸਟ ਕਰਨ ਤੋਂ ਬਾਅਦ ਆਈ ਐਮ ਰੈਡੀ ਟੂ ਬਿਗਿਨ ਕਰ ਦੇਣਾ। ਲੈਂਗੁਏਜ ਸਿਲੈਕਟ ਕਰ ਲੈਣੀ ਹੈ ਇੱਕ ਵਾਰੀ, ਕਿਹੜੀ ਲੈਂਗੁਏਜ ਹੈ, ਠੀਕ ਹੈ ਜੀ, ਸਿਲੈਕਟ ਕਰਕੇ ਉਸ ਤੋਂ ਬਾਅਦ ਰੈਡੀ ਟੂ ਬਿਗਿਨ ਕਰ ਦੇਣਾ। ਇਹ ਇੱਕ ਮੋਕ ਟੈਸਟ ਹੈਗਾ ਬਸ, ਇਸ ਜਿਹੜਾ ਤੁਹਾਡਾ ਟੈਸਟ ਹੋਣਾ ਉਹ ਇਸੇ ਤਰ੍ਹਾਂ ਹੀ ਹੋਣਾ। ਆਹ ਦੇਖੋ ਕੁਸ਼ਚਨ ਆਉਣ ਲੱਗ ਗਏ ਨੇਗੇ ਸਾਰੇ, ਇਹ ਕੁਸ਼ਚਨ ਤੁਸੀਂ ਚੈੱਕ ਕਰ ਲੈਣੇ ਨੇਗੇ, ਉਸ ਤੋਂ ਬਾਅਦ ਸੇਵ ਐਂਡ ਨੈਕਸਟ ਕਰ ਦੇਣਾ, ਮਾਰਕ ਐਂਡ ਰਿਵਿਊ ਕਰ ਦੇਣਾ। ਜੇ ਫਿਰ ਵੀ ਕੁਛ ਨਹੀਂ ਪਤਾ ਚੱਲਦਾ ਤਾਂ ਕਮੈਂਟ ਜ਼ਰੂਰ ਕਰ ਦਿਓ। ਕਲੀਅਰ ਹੈ ਜੀ? ਹੋਰ ਅਪਡੇਟ ਦੇ ਨਾਲ ਜਲਦ ਹੀ ਜੁੜਾਂਗੇ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਇੱਕ ਵਾਰ ਇਹ ਮੋਕ ਟੈਸਟ ਸਾਰਿਆਂ ਨੇ ਲਗਾ ਕੇ ਦੇਖ ਲੈਣਾ, ਤਾਂ ਕਿ ਜਿਹੜਾ ਪੇਪਰ ਵਾਲਾ ਮਾਹੌਲ ਹੈ ਤਾਂ ਉਹ ਬਣ ਜੇ, ਵੀ ਕਿਸ ਤਰ੍ਹਾਂ ਕਿਸੇ ਮੋਕ ਪੇਪਰ ਕਿਵੇਂ ਆਊਗਾ, ਕਿਸ ਤਰ੍ਹਾਂ ਤੁਸੀਂ ਅਟੈਂਪਟ ਕਰਨਾ, ਇਹ ਤਰੀਕਾ ਸਮਝ ਆਜੂਗਾ, ਛੱਡਣਾ ਕਿਵੇਂ, ਪੇਪਰ ਨੂੰ ਲਾਈਵ ਔਨਲਾਈਨ ਕਿਵੇਂ ਦੇਣਾ, ਸਾਰਾ ਕੁਝ ਸਮਝ ਆ ਜਾਏਗਾ। ਜੇ ਫਿਰ ਵੀ ਕੁਛ ਨਹੀਂ ਪਤਾ ਚੱਲਿਆ ਤਾਂ ਫੁੱਲ ਡਿਟੇਲ ਇੱਕ ਵੀਡੀਓ ਆਪਾਂ ਇਹ 'ਤੇ ਲੈ ਕੇ ਆਵਾਂਗੇ ਮੋਕ ਟੈਸਟ ਵਾਲੇ 'ਤੇ, ਠੀਕ ਹੈ ਜੀ, ਤਾਂ ਕਿ ਪੇਪਰ ਈਜ਼ੀ ਹੋ ਸਕੇ, ਆਰਾਮ ਨਾਲ ਕਰ ਸਕੋ, ਟਾਈਮ ਹੈ ਜਿਹੜਾ ਉਹ ਤੁਸੀਂ ਈਜ਼ੀਲੀ ਮੈਨੇਜ ਕਰ ਸਕੋ, ਜਿਹੜਾ ਔਨਲਾਈਨ ਪੇਪਰ ਦਾ ਇਨਵਾਇਰਮੈਂਟ ਹੈ ਉਹ ਤੁਹਾਡੇ ਲਈ ਨਵਾਂ ਨਾ ਹੋਵੇ। ਕਲੀਅਰ ਹੈ ਜੀ? ਹੋਰ ਅਪਡੇਟ ਨਾਲ ਜਲਦੀ ਹੀ ਹਾਜ਼ਰ ਹੋਵਾਂਗੇ। ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਇਓ, ਸਾਰੇ ਕੈਂਡੀਡੇਟ ਤੱਕ ਸ਼ੇਅਰ ਜ਼ਰੂਰ ਕਰਿਓ। ਬਾਏ ਬਾਏ।